ਗੁਰੂ ਜੀ ਤੁਹਾਨੂੰ ਬੁਲਾ ਰਹੇ ਨੇ, ਕਹਿੰਦੇ ਗੁਆਂਢੀਆਂ ਨੂੰ ਬੁਲਾ ਕੇ ਲਿਆ। ਤੇ ਏਦਾਂ ਸੀ ਲਾਈਕ ਸਟਾਰਟ ਹੋਏ ਜਾਣਾ। ਜਿਸ ਦਿਨ ਮੈਂ ਪਹਿਲੀ ਵਾਰ ਗਈ ਉਸ ਦਿਨ ਗੁਰੂ ਜੀ ਲਾਈਕ ਬੈਡ ਦੇ ਉੱਪਰ ਬੈਠੇ ਹੋਏ ਸੀ, ਨੀਚੇ ਉਹਨਾਂ ਦੇ ਲੈਗਸ ਵਿੱਚ ਲਟਕਾਈਆਂ ਹੋਈਆਂ ਸੀਗੀਆਂ, ਐਂਡ ਸਾਨੂੰ ਉਹਨਾਂ ਨੇ ਇਸ਼ਾਰਾ ਕੀਤਾ ਕਿ ਤੁਸੀਂ ਬੈਠੋ। ਅਸੀਂ ਬੈਠੇ ਜਾ ਕੇ ਤੇ ਉਹਨਾਂ ਨੇ ਆਪਣੇ ਕਿਚਨ 'ਚ ਕਿਹਾ ਕਿ ਚਾਹ ਪ੍ਰਸ਼ਾਦ ਲੈ ਕੇ ਆਓ। ਅਸੀਂ ਲਾਈਕ ਚਾਹ ਪ੍ਰਸ਼ਾਦ ਲਿਆ, ਬਾਰ ਬਾਰ ਲਾਈਕ ਥੋੜ੍ਹੀ ਥੋੜ੍ਹੀ ਦੇਰ ਬਾਅਦ ਕਹਿੰਦੇ ਸੀਗੇ ਕਿ ਚਾਹ ਪ੍ਰਸ਼ਾਦ ਲੈ ਕੇ ਆਓ, ਚਾਹ ਪ੍ਰਸ਼ਾਦ ਲੈ ਕੇ ਆਓ। ਪਤਾ ਨਹੀਂ ਸੀ ਸਾਨੂੰ ਕਿ ਲਾਈਕ ਚਾਹ ਪ੍ਰਸ਼ਾਦ ਦਾ ਕੀ ਮਤਲਬ ਆ। ਹਜੇ ਤੱਕ ਲਾਈਕ ਮੈਨੂੰ ਲੱਗਦਾ ਕਿ ਹਜੇ ਤੱਕ ਆਪਾਂ ਬਹੁਤ ਅਣਜਾਣ ਆ ਕਈ ਚੀਜ਼ਾਂ ਤੋਂ, ਬਟ ਗੁਰੂ ਜੀ ਨੂੰ ਸਾਰਾ ਕੁਛ ਪਤਾ ਹੈ। ਸੋ ਇੱਦਾਂ ਮੇਰੀ ਜਰਨੀ ਲਾਈਕ ਗੁਰੂ ਜੀ ਨਾਲ ਸਟਾਰਟ ਹੋਈ। ਮੇਰੀ ਫੈਮਿਲੀ ਵਿੱਚ ਆਈ ਵਾਜ਼ ਦਾ ਫਸਟ ਪਰਸਨ ਜਿਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ, ਐਂਡ ਗੁਰੂ ਜੀ ਦੇ ਉਸ ਰੂਮ ਦੇ ਵਿੱਚ ਇੱਕ ਟੀਵੀ ਲੱਗਿਆ ਹੋਇਆ ਸੀ ਜਿੱਥੇ ਗੁਰੂ ਜੀ ਆਪਣਾ ਜੋ ਵੀ ਸਤਸੰਗ ਹੁੰਦਾ ਸੀ ਉਹਦੀਆਂ ਵੀਡੀਓਜ਼ ਕਰਦੇ ਸੀ, ਲਾਈਕ ਲਗਾ ਕੇ ਜਾਂਦੇ ਸੀਗੇ ਉੱਥੇ ਵੀਡੀਓਜ਼। ਗੁਰੂ ਜੀ ਕਹਿੰਦੇ ਸੀ ਕਿ ਤੁਸੀਂ ਆ ਦੇਖੋ ਵੀਡੀਓ ਦੇਖੋ ਮੇਰੇ ਸਤਸੰਗ ਦੀ, ਜੇ ਤੁਸੀਂ ਮੇਰੇ ਸਤਸੰਗ ਦੀ ਵੀਡੀਓ ਵੀ ਦੇਖਦੇ ਹੋ ਤਾਂ ਵੀ ਤੁਹਾਡਾ ਕਲਿਆਣ। ਤੇ ਮਰੀਕੋਟਲੇ ਦੇ ਬੈਕ ਸਾਈਡ ਤੇ ਇੱਕ ਉੱਥੇ ਠੰਡੀ ਸੜਕ ਆ, ਗੁਰੂ ਜੀ ਸ਼ਾਮ ਨੂੰ ਉੱਥੇ ਵਾਕ ਕਰਨ ਜਾਂਦੇ ਸੀ, ਘੰਟਾ ਦੋ ਘੰਟੇ ਲਾਈਕ ਗੁਰੂ ਜੀ ਵਾਕ ਕਰਦੇ ਸੀ ਉੱਥੇ, ਤੇ ਉਹ ਆਪ ਵੀਡੀਓ ਲਗਾ ਕੇ ਵਾਕ ਕਰਨ ਚਲੇ ਜਾਂਦੇ ਸੀ। ਤੇ ਅਸੀਂ ਲਾਈਕ ਡੇਢ ਦੋ ਘੰਟੇ ਦੀ ਵੀਡੀਓ ਹੁੰਦੀ ਸੀ, ਅਸੀਂ ਉਹ ਵੀਡੀਓ ਦੇਖਦੇ ਸੀ। ਐਂਡ ਜਦੋਂ ਗੁਰੂ ਜੀ ਵਾਪਸ ਆਉਂਦੇ ਸੀ ਤੇ ਸਾਨੂੰ ਕਹਿੰਦੇ ਸੀ ਕਿ ਦੇਖ ਲਈ ਤੁਸੀਂ ਵੀਡੀਓ, ਅਸੀਂ ਕਹਿੰਦੇ ਸੀ ਹਾਂਜੀ ਗੁਰੂ ਜੀ ਦੇਖ ਲਈ। ਦੈਨ ਗੁਰੂ ਜੀ ਆਪਣੇ ਬਾਕਸ ਦੇ ਵਿੱਚ ਸਾਨੂੰ ਆਪਣੀ ਫਰੈਗਰੈਂਸ ਦਿੰਦੇ ਸੀ, ਕਹਿੰਦੇ ਸੀ ਦੇਖੋ ਕਿੰਨੀ ਫਰੈਗਰੈਂਸ ਆਉਂਦੀ ਹੈ ਐਂਡ ਆਪਣੇ ਸ਼ੂਜ਼ ਦੇ ਵਿੱਚੋਂ। ਦੈਨ ਇੱਕ ਸਤਸੰਗ ਉਸ ਟਾਈਮ ਦਾ ਮੈਂ ਸ਼ੇਅਰ ਕਰਦੀ ਹਾਂ। ਮੇਰੇ ਮਾਸੀ ਦੀ ਬੇਟੀ, ਅਸੀਂ ਉਦੋਂ ਜਾਣਾ ਸਟਾਰਟ ਹੀ ਕੀਤਾ ਸੀ। ਐਕਚੁਅਲੀ ਉਹ ਨਾ ਪਿੰਡ ਵਿੱਚ ਜਿਵੇਂ ਰਹਿੰਦੇ ਹਾਂ ਆਪਾਂ, ਉਸ ਟਾਈਮ ਨਾ ਵੱਡੇ ਵੱਡੇ ਇੱਕ ਜਿਵੇਂ ਪੇਟੀਆਂ ਟਾਈਪ ਹੁੰਦੀਆਂ ਨੇ ਪਿੰਡਾਂ ਵਿੱਚ, ਜਿਹਦੇ ਵਿੱਚ ਆਪਣਾ ਸਾਰਾ ਲਾਈਕ ਜਿਵੇਂ ਸਟਾਫ ਰੱਖਦੀਆਂ ਲੇਡੀਜ਼, ਉਹਨਾਂ ਦੇ ਘਰ ਇੱਕ ਬਹੁਤ ਵੱਡੀ ਪੇਟੀ ਸੀ। ਅਤੇ ਉਹ ਉਹਨਾਂ ਦੀ ਦਾਦੀ, ਉਹਦੀ ਦਾਦੀ ਮਾਂ ਨੇ ਉਹਨਾਂ ਨੂੰ ਕਿਹਾ ਕਿ ਤੂੰ ਨਾ ਸਮਾਨ ਕੱਢ ਦੇ। ਬਹੁਤ ਉਹਦਾ ਜਿਹੜਾ ਲਿਡ ਸੀਗਾ ਬਹੁਤ ਜ਼ਿਆਦਾ ਹੈਵੀ ਸੀ, ਅਤੇ ਉਹਨੂੰ ਅੰਦਰ ਵਿੱਚ ਉਹਨਾਂ ਨੂੰ ਵਿੱਚ ਕਿਹਾ ਕਿ ਜਾ ਵਿੱਚੋਂ ਜਾ ਕੇ ਕੱਢ ਕੇ ਲੈ ਕੇ ਆ ਸਮਾਨ, ਕਿਉਂਕਿ ਉਹ ਥੋੜ੍ਹੀ ਡੀਪ ਸੀ। ਜਦੋਂ ਉਹਨੇ ਲਾਈਕ ਅੰਦਰ ਚਲੀ ਗਈ ਅਤੇ ਸਡਨਲੀ ਬਾਹਰ ਨੌਕ ਹੋਇਆ ਡੋਰ ਦੇ ਉੱਤੇ। ਜਦੋਂ ਡੋਰ 'ਤੇ ਨੌਕ ਹੋਇਆ ਤਾਂ ਉਹਨਾਂ ਨੇ ਉਹ ਭੁੱਲ ਗਏ ਕਿ ਉਹਨੂੰ ਉਹਨਾਂ ਨੇ ਲਾਈਕ ਵਿੱਚ ਕਿਹਾ ਹੋਇਆ ਜਾਣ ਲਈ, ਅਤੇ ਉਹ ਜਿਹੜਾ ਲਿਟ ਸੀ ਉਹਦੇ ਸਿਰ 'ਤੇ ਆ ਕੇ ਵੱਜਿਆ। ਬਹੁਤ ਹੈਵੀ ਸੀ, ਬਹੁਤ ਜ਼ਿਆਦਾ। ਉਹਦੇ ਨਾਲ ਕੀ ਹੋਇਆ ਕਿ ਉਹਦਾ ਆਈ ਡੋਂਟ ਨੋ ਕੋਈ ਨਰਵ ਦੱਬ ਗਈ, ਬ੍ਰੇਨ ਦੀ ਕੀ ਹੋਇਆ, ਉਹਦੀ ਜਿਵੇਂ ਕੋਨਸਨਟ੍ਰੇਸ਼ਨ ਖਤਮ ਹੋ ਗਈ ਕਿਸੇ ਚੀਜ਼ 'ਤੇ ਵੀ, ਜਿਵੇਂ ਟੀਵੀ ਨਹੀਂ ਦੇਖ ਸਕਦੀ ਸੀ, ਜਾਂ ਤਾਂ ਚੱਕਰ ਆਉਂਦੇ ਰਹਿੰਦੇ ਸੀ ਜਾਂ ਵੋਮਿਟ ਆਉਂਦੀ ਰਹਿੰਦੀ ਸੀ, ਜਾਂ ਜੇ ਕਿਸੇ ਚੀਜ਼ ਵੱਲ ਲਾਈਕ ਬਿਲਕੁਲ ਹੀ ਲਗਾ ਕੇ ਸਟੇਅਰ ਲਗਾ ਕੇ ਦੇਖਦੀ ਸੀ ਨਹੀਂ ਦੇਖ ਸਕਦੀ ਸੀ, ਕੁਛ ਪ੍ਰੋਬਲਮ ਹੋਣ ਲੱਗ ਗਈ ਸੀ। ਬਹੁਤ ਸਾਰੇ ਡਾਕਟਰਸ ਨੂੰ ਦਿਖਾਇਆ, ਕੁਛ ਨਹੀਂ ਲਾਈਕ ਉਹ ਕਹਿੰਦੇ ਵੀ ਨਹੀਂ ਇਹਦਾ ਕੋਈ ਟ੍ਰੀਟਮੈਂਟ ਨਹੀਂ, ਜਾਂ ਉਹ ਗੋਲ ਗੋਲ ਲਾਈਕ ਨੀਚੇ ਘੁੰਮਦੀ ਰਹਿੰਦੀ ਸੀ ਜਿਵੇਂ ਲੇਟ ਕੇ ਨੀਚੇ, ਉਹਨੂੰ ਪਤਾ ਨਹੀਂ ਚੱਲਦਾ ਕੀ ਹੋ ਰਿਹਾ ਉਹਨੂੰ। ਏਦਾਂ ਹੀ ਲਾਈਕ ਮੈਂ ਉੱਥੇ ਸੀ ਕਿਉਂਕਿ ਗੁਰੂ ਜੀ ਉੱਥੇ ਇੱਕ ਮਹੀਨਾ ਪੂਰਾ ਰਹੇ, ਮੈਂ ਉੱਥੇ ਸੀ। ਦੈਨ ਇੱਕ ਦਿਨ ਮਾਸੀ ਆਏ ਹੋਏ ਸੀ ਉਹਨੂੰ ਲੈ ਕੇ ਕਿ ਡਾਕਟਰ ਨੂੰ ਦਿਖਾ ਕੇ ਆਉਂਦੇ ਹਾਂ ਇਹਨੂੰ। ਉਹ ਜਿਵੇਂ ਬੱਚੀ ਸੀ, ਬਹੁਤ ਛੋਟੀ ਸੀ ਉਸ ਟਾਈਮ, ਤਾਂ ਮੇਰੇ ਮਾਸੀ ਉਹਨੂੰ ਮਨਾ ਕਰਦੇ ਸੀਗੇ ਕਿ ਤੂੰ ਨਾ ਟੀਵੀ ਨਾ ਦੇਖ, ਪਰ ਜਦੋਂ ਟੀਵੀ ਦੇਖਦੀ ਸੀ ਫਿਰ ਉਸ ਤਰ੍ਹਾਂ ਲਈ ਚੱਕਰ ਸਟਾਰਟ ਹੋ ਜਾਂਦੇ ਸੀ, ਕਿਉਂਕਿ ਇੱਕਦਮ ਆਪਾਂ ਕਿਤੇ ਵੀ ਟਿਕ ਟਿਕ ਲਗਾ ਕੇ ਦੇਖਦੇ ਹਾਂ ਦੈਨ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਹੈ ਨਾ। ਅਤੇ
ਅਸੀਂ ਕਿਹਾ ਵੀ ਗੁਰੂ ਜੀ ਆਏ ਹੋਏ ਨੇ, ਤੂੰ ਐਂ ਕਰ ਗੁਰੂ ਜੀ ਦਰਸ਼ਨ ਕਰ ਲੈ। ਬੱਚੀ ਸੀ ਜਾ ਕੇ ਗੁਰੂ ਜੀ ਨੂੰ ਸਟ੍ਰੇਟ ਫੋਰਵਰਡ ਕਹਿੰਦੀ, ਗੁਰੂ ਜੀ ਤੁਸੀਂ ਮੈਨੂੰ ਠੀਕ ਕਰ ਦੋਗੇ? ਕਹਿੰਦੇ ਮੇਰੀ ਮੰਮਾ ਕਹਿੰਦੀ ਹੈ ਤੈਨੂੰ ਮੈਂ ਡਾਕਟਰ ਨੂੰ ਕਹਿ ਕੇ ਨਾ ਪੋਇਜ਼ਨ ਦਾ ਇੰਜੈਕਸ਼ਨ ਲਵਾ ਦੇਣਾ, ਤੂੰ ਮੇਰਾ ਗੱਲ ਨਹੀਂ ਸੁਣਦੀ ਐਂਡ ਤੂੰ ਹੁਣ ਬਿਮਾਰ ਆ, ਤੂੰ ਸੇਕਾਂ ਬਹੁਤ। ਜਦੋਂ ਉਹਨੇ ਇੱਦਾਂ ਕਿਹਾ, ਗੁਰੂ ਜੀ ਨੇ ਇੱਦਾਂ ਹੱਥ ਕਰਕੇ ਉਹਦੇ ਸਿਰ ਦੇ ਉੱਤੇ ਇੱਦਾਂ ਦੋ ਵਾਰ ਟੱਕ ਟੱਕ ਦਿੱਤਾ। ਕਹਿੰਦੇ ਕੁਛ ਨਹੀਂ ਹੁੰਦਾ, ਜਾਂ ਦਵਾਈ ਲੈ ਲਾ, ਜਿਹੜੀ ਵੀ ਦਵਾਈ ਲਏਗੀ, ਜਿਹੜੀ ਵੀ ਦਵਾਈ ਲਏਗੀ, ਇੱਕ ਹੀ ਦਵਾਈ ਲੈਣੀ ਆ, ਇੱਕ ਟੈਬਲੇਟ ਲੈਣੀ ਆ ਜਿਹੜੀ ਵੀ ਤੈਨੂੰ ਡਾਕਟਰ ਦਊਗਾ, ਜਾਂ ਤੇਰਾ ਕਲਿਆਣ ਕਰ। ਦੈਨ ਉਹ ਤੋਂ ਬਾਅਦ ਮਾਸੀ ਉੱਥੇ ਬੈਠ ਕੇ ਵੀ ਲੈ ਕੇ ਉਹਨੂੰ ਬਹੁਤ ਜ਼ਿਆਦਾ ਘੂਰ ਰਹੇ ਸੀਗੇ ਵੀ ਤੂੰ ਕਿਉਂ ਇੱਦਾਂ ਕਹਿ ਰਹੀ ਆ, ਤੈਨੂੰ ਪ੍ਰੋਬਲਮ ਦੇ ਵਿੱਚ ਆ, ਤੂੰ ਬਿਮਾਰ ਆ, ਏਦਾਂ ਤੂੰ ਠੀਕ ਨਹੀਂ ਹੋਣ ਲੱਗੀ। ਕਿਉਂਕਿ ਆਪਾਂ ਨੂੰ ਬਿਲੀਵ ਨਹੀਂ ਹੁੰਦਾ ਜਦ ਤੱਕ ਆਪਾਂ ਇੱਕ ਹਿਊਮਨ ਮਾਇੰਡ ਆ, ਜਦ ਤੱਕ ਰਿਐਲਿਟੀ ਨਹੀਂ ਦੇਖਦੇ, ਕ੍ਰੋਸ ਚੈੱਕ ਨਹੀਂ ਕਰਦੇ, ਤਦ ਤੱਕ ਸਾਡਾ ਲਾਈਕ ਬਿਲੀਵ ਉੱਥੇ ਨਹੀਂ ਆਉਂਦਾ। ਉਹ ਇੱਦਾਂ ਹੀ ਡਾਕਟਰ ਕੋਲ ਚਲੇ ਗਏ ਲੈ ਕੇ ਮਾਸੀ ਉਹਨੂੰ, ਅਤੇ ਜਦੋਂ ਉਹਨੂੰ ਡਾਕਟਰ ਨੇ ਜਿਹੜੀ ਮੈਡੀਸਨ ਦਿੱਤੀ, ਘਰ ਜਾ ਕੇ ਉਹਨੇ ਇੱਕ ਟੈਬਲੇਟ ਲਈ, ਉਹ ਤੋਂ ਬਾਅਦ ਉਹਨੂੰ ਲਾਈਕ ਚੱਕਰ ਆਉਣੇ ਬੰਦ ਹੋ ਗਏ। ਲਾਈਕ ਮਾਸੀ ਨੂੰ ਇਹ ਸੀਗਾ ਕਿ ਜੇ ਇਹ ਦੇਖੂਗੀ ਟੀਵੀ ਜਾਂ ਇਹ ਉਹ ਕੰਮ ਕਰੂਗੀ ਦੈਨ ਇਹਨੂੰ ਫਿਰ ਪ੍ਰੋਬਲਮ ਹੋਊਗੀ। ਤੇ ਉਹਨੂੰ ਵਾਰ ਵਾਰ ਲਾਈਕ ਇੱਦਾਂ ਕਿੱਦਾਂ ਕੀ ਜਾ ਰਹੇ ਸੀਗੇ ਕਿ ਨਹੀਂ ਤੂੰ ਇਹ ਕੰਮ ਨਹੀਂ ਕਰਨਾ, ਉਹ ਕਹਿੰਦੀ ਮੈਂ ਠੀਕ ਹਾਂ, ਨਹੀਂ ਤੂੰ ਠੀਕ ਨਹੀਂ ਹੈਗੀ, ਤੂੰ ਇਹ ਕੰਮ ਨਹੀਂ ਕਰਨਾ। ਬਟ ਡੇ ਬਾਏ ਡੇ ਉਹਦੀ ਜਿਹੜੀ ਕੰਡੀਸ਼ਨ ਸੀ ਬਿਲਕੁਲ ਨੋਰਮਲ ਹੋ ਗਈ। ਹੁਣ ਲਾਈਕ ਤੁਸੀਂ ਮੰਨੋ ਕਿ ਇੰਗਲੈਂਡ ਵਿੱਚ ਆ, ਸ਼ੀ ਇਜ਼ ਮੈਰਿਡ, ਹੈਪੀਲੀ ਮੈਰਿਡ, ਐਂਡ ਉਹਨੂੰ ਦੁਬਾਰਾ ਤੋਂ ਉਹ ਕੋਈ ਵੀ ਪ੍ਰੋਬਲਮ ਨਹੀਂ ਹੋਈ। ਸੋ ਗੁਰੂ ਜੀ ਜਿਹੜੀਆਂ ਚੀਜ਼ਾਂ ਦਾ ਸੋਲਿਊਸ਼ਨ ਡਾਕਟਰਸ ਕੋਲ ਨਹੀਂ ਹੈਗਾ, ਉਹਦਾ ਕਰ ਸਕਦੇ ਨੇ।